ਅਸਲਾਮ ਵਾਲੇਕੁਮ ਹਾਂਜੀ ਤੇ ਅੱਜ ਮੈਂ ਚੱਲੀ ਸ਼ਹਿਰ ਪਰਸਵਾਰਸ ਮੈਂ ਲੈ ਲੈ ਥੋੜੀਆਂ ਬਤੀਆਂ ਚੀਜ਼ਾਂ ਲੈਣੀਆਂ ਸੀ ਮੈਂ ਕਿ ਚੱਲ ਲੈ ਆਣੇ ਪਰਸ ਮੈਂ ਲੈ ਲੈ ਹਸਪੀਟਲ ਸਾਹਿਬ ਉੱਤਰ ਗਏ ਨੇ ਤੇ ਅਮਾ ਦੀ ਇਨਸੂਲਿਨ ਲੈਣੇ ਸੀ ਤੇ ਵਾਸਤੇ ਮੈਂ ਆਈਸ ਬਾਕਸ ਵੀ ਲੈ ਲਿਆ ਅੱਜ ਗੱਡੀ 'ਚ ਬੈ ਕੇ ਅਸੀਂ ਜਾ ਰਹੇ ਹਾਂ ਤੇ ਹੁਣ ਜਾ ਕੇ ਤੇ ਅਸੀਂ ਥੋੜੀ ਬਹੁਤੀ ਸ਼ਾਪਿੰਗ ਕਰਾਂਗੇ ਥੋੜੀ ਬਹੁਤ ਚੀਜ਼ਾਂ ਲਾਂਗੇ ਵੀਊ ਤੇ ਆ ਜਾਂਦੇ ਨੇ ਮਗਰ ਸਬਸਕ੍ਰਾਈਬ ਕੋਈ ਨਹੀਂ ਕਰਦਾ ਦੇਖ ਕੇ ਤੇ ਸਬਸਕ੍ਰਾਈਬ ਵੀ ਕਰਦਿਆ ਕਰੋ ਤਾੜਾ ਕੁਛ ਨਹੀਂ ਜਾਂਦਾ ਸਾਡੇ ਫਾਲੋਅਰ ਬਣ ਜਾਂਦੇ ਨੇ ਹੁਣ ਅਸੀਂ ਜਾ ਰਹੇ ਹਾਂ ਇਸ ਸ਼ਹਿਰ ਥੋੜਾ ਥੋੜਾ ਜਿਹਾ ਦੂਰ ਹੈ ਤੇ ਥੋੜਾ ਜਿਹਾ ਸਫਰ ਕਰਕੇ ਜਾਣਾ ਪੰਦਾ ਹੈ ਰਸਤੇ ਦੇ ਵਿੱਚ ਜਨਾਬ ਮੈਨੂੰ ਕੁਝ ਚੀਜ਼ਾਂ ਫਿਰ ਨਜ਼ਰ ਆ ਜਾਂਦੀਆਂ ਨੇ ਤੇ ਫਿਰ ਮੈਂ ਉਹਦੀ ਵੀਡੀਓ ਬਣਾਉਣ ਲੱਗ ਪੈਂਦੀ ਆ ਅੱਜ ਜਨਾਬ ਅਸੀਂ ਆ ਗਏ ਹਾਂ ਮੈਂ ਆਪਣੇ ਬੇਟੇ ਵਾਸਤੇ ਬਾਲ ਲੈਣੀ ਸੀ ਅਲ-ਅਲੀ ਬਾਲ ਹੁਣ ਉਹਦੇ ਬਾਅਦ ਟਿਫਨ ਬਾਕਸ ਵੀ ਲੈਣਾ ਸੀ ਤੇ ਕੁਝ ਕੱਪ ਗਲਾਸ ਵੀ ਲੈਣੇ ਸੀ ਕਿਚਨ ਵਾਸਤੇ ਸਾਰਾ ਸਮਾਨ ਲੈਣਾ ਸੀ ਸਾਰਾ ਕੁਝ ਲੈ ਲਵਾਂ ਕਿ ਐ ਆ ਗਏ ਅਸੀਂ ਜਨਾਬ ਕਾਊਂਟਰ ਤੇ ਇੱਥੇ ਦੇ ਦਿੱਤਾ ਬਿੱਲ ਹੁਣ 엄마 ਦੀਆਂ ਮੈਡੀਸਿਨ ਲੈ ਲਈ ਨੇ ਤੇ ਮੈਡੀਸਿਨ ਲੈ ਕੇ ਅਸੀਂ ਆ ਕੇ ਘਰ ਘਰ ਆਂਦੇ ਬਣਾਈ ਮੈਂ ਚਾਹ ਚਾਹ ਸਬਜ਼ੀਆਂ ਵਗੈਰਾ ਲੈ ਕੇ ਆਇਆ ਸਾਰਾ ਸਮਾਨ ਕਿਚਨ ਦੇ ਵਿੱਚ ਵਿਖਰਾ ਪਿਆ ਉਹ ਵੀ ਸਾਰਾ ਇਕੱਠਾ ਕਰਾਂਗੇ ਤੇ ਫਿਰ ਸਾਰਾ ਸਮੇਟ ਕੇ ਰੱਖਾਂਗੇ ਜਗ੍ਹਾ ਜਗ੍ਹਾ ਮੈਂ ਆਪਣੀਆਂ ਚੀਜ਼ਾਂ ਰੱਖਿਆ ਆਈਆਂ ਸਲੰਡਰ ਤੇ ਚਾਹ ਬਣਾਈ ਸਾਡੀ ਅੱਜ ਗੈਸ ਵੀ ਬੰਦ ਸਬਿਜਲੀ ਵੀ ਬੰਦ ਸਾਰਾ ਜਿਹੜਾ ਮੈਂ ਸਮਾਨ ਲੈ ਕੇ ਆਈ ਜਗ੍ਹਾ ਜਗ੍ਹਾ ਰੱਖਿਆ ਹੈ ਤਨ ਮੈਂ ਹਲੀ ਹਲੀ ਸੈਟ ਕਰਕੇ ਦਿਖਾਵਾਂਗੀ ਪਹਿਲੇ ਅਸੀਂ ਚਾਹ ਸ਼ਾ ਪੀ ਲਈ ਖਾਣਾ ਸ਼ਰਨਾ ਬਣਾ ਲਈ ਕਿਉਂਕਿ ਸ਼ਾਮ ਦੇ ਬੱਜ ਚੁੱਕੇ ਨੇ 7 ਤੇ ਵਜ ਜਾਣੇ ਨੇ 8:00 ਇਸ ਤੋਂ ਕਿ ਲਓ ਅਸੀਂ ਆਪਣਾ ਖਾਣਾ ਸ਼ਹਿਨਾ ਬਣਾ ਲਿਆ ਖਾਣਾ ਸ਼ਹਿਨਾ ਬਣਾ ਕੇ ਤੇ ਫਿਰ ਬਾਕੀ ਦਾ ਵਲੌਗ ਦਿਖਾਵਾਂਗੇ ਅੱਜ ਦਾ ਵਲੌਗ ਇੰਨਾ ਹੀ ਅੱਲਾ ਹਾਫਿਜ਼